ਜੀ ਮੇਰਾ ਭਾਈ ਪਾਰਸਲ ਲੱਗ ਗਿਆ, ਠੀਕ ਹੋ ਗਿਆ ਜੀ, ਮੈਂ ਪਾਰਸਲ ਲੱਗ ਗਿਆ ਜੀ ਮੇਰੇ ਕੋਲ। ਮਾਸ਼ਾਅੱਲਾ ਕਿਆ ਬਾਤ ਹੈ, ਮਾਸ਼ਾਅੱਲਾ ਕੁਆਲਿਟੀ ਤਾਂ ਹੈ ਨਾ, ਬੰਦ ਤਾਜ ਮਾਸ਼ਾਅੱਲਾ ਐਂ ਲੌਂਗ। ਅੱਜ ਭਾਜੀ ਨੇ ਇੱਕ ਬਰੀਡਰ ਮਾਦੀ ਬਲੈਕ ਦੀ, ਇੱਕ ਬਰੀਡਰ ਮਾਦੀ ਬਿੱਲੂ ਦੀ, ਔਰ ਇੱਕ ਸੈੱਟ 18 ਮਹੀਨੇ ਦਾ ਵਾਈਟ ਦਾ ਚੈੱਕ ਕਰ ਲਓ। ਮਾਸ਼ਾਅੱਲਾ ਸਾਰੇ ਹੈਲਦੀ ਐਕਟਿਵ ਸਾਫ਼ ਸੁਥਰੇ ਜਾਨਵਰ ਨੇ, ਠੀਕ ਹੈ। ਇਹਨਾਂ ਦੇ ਵਿੱਚੋਂ ਇੱਕ ਫੜਨ ਲੱਗੇ ਹਾਂ ਬਲੈਕ ਦੀ, 2 ਮਿੰਟ ਦਾ ਕਰਾਸਿੰਗ ਕਰਾ ਲਈਏ। ਇਹ ਫੜਨ ਲੱਗਿਆ ਇਹਨਾਂ ਦੇ ਵਿੱਚੋਂ ਇੱਕ ਬਿੱਲੂ ਦੀ, ਬਿੱਲੂ ਦੇ ਵੀ ਚੈੱਕ ਕਰ ਲਓ। ਸਾਰੇ ਮਾਸ਼ਾਅੱਲਾ ਸਾਫ਼ ਸੁਥਰੇ ਜਾਨਵਰ ਨੇ, ਸਾਰੇ ਹੈਲਦੀ ਐਕਟਿਵ ਸਾਫ਼ ਸੁਥਰੇ ਪੀਸ ਨੇ। ਐਨਆਰ ਦੀ ਕੱਲ੍ਹ ਤੁਹਾਨੂੰ ਪਤਾ ਮੈਂ ਟੇਲ ਚਾੜ ਛੜੀ ਸੀ, ਬਾਕੀ ਆ ਜਾ ਕਰਾਸਿੰਗ ਕਰ ਰਹੇ ਨੇ ਮਾਸ਼ਾਅੱਲਾ ਜਾਨਵਰ। ਔਰ ਇੱਕ ਕਰਨ ਲੱਗੇ ਹਾਂ ਵਾਈਟ ਦਾ ਪੇਅਰ, ਵਾਈਟ ਦਾ ਜਿਹੜਾ 18 ਮਹੀਨੇ ਦਾ ਪੇਅਰ ਹੈ, ਐਮਬਰਡ ਕਰਾਸ ਨੇ। ਬਾਈਆਂ ਨੂੰ ਸਾਰਿਆਂ ਨੂੰ ਵੀ ਸ਼ੌਪ ਚੈੱਕ ਕਰਾ ਦਿੰਦੇ ਹਾਂ, ਔਰ ਨਾਲੇ ਸਪੈਸ਼ਲ ਉਸ ਬਾਈ ਵਾਸਤੇ ਵੀਡੀਓ ਹੈ, ਚੈੱਕ ਕਰ ਲਓ। ਨਲਾਂ ਦੀ ਕੁਆਲਿਟੀ ਚੈੱਕ ਕਰੋ, ਮਾਸ਼ਾਅੱਲਾ ਸਾਰੇ ਸਾਫ਼ ਸੁਥਰੇ ਪੀਸ ਨੇ। ਵਾਈਟ ਦਾ ਚੈੱਕ ਕਰੋ ਕਿੰਨਾ ਖੂਬਸੂਰਤ ਜਾਨਵਰ ਹੈ। ਪੈਕਿੰਗ ਦੀ ਵੀਡੀਓ ਵੀ ਇਨਸ਼ਾਅੱਲਾ ਭਾਈਆਂ ਨੂੰ ਸ਼ੇਅਰ ਕਰਨੇ ਆ ਨਾਲ, ਚੈੱਕ ਕਰ ਲਓ ਮਾਸ਼ਾਅੱਲਾ ਸਾਰੇ 3 ਆਰ, 1 ਮਾਦੀ ਹੈ ਸਾਡੇ ਕੋਲ, ਔਰ ਮਾਦੀ ਆ ਚਲੀ ਜਾਣੀ ਇਨਸ਼ਾਅੱਲਾ। ਪੈਕਿੰਗ ਦੀ ਵੀਡੀਓ ਪ੍ਰੋਪਰ ਜਿਹੜੀ ਹੈ ਉਹ ਵੀ ਭਾਈਆਂ ਨੂੰ ਸ਼ੇਅਰ ਕਰ ਦਿੰਦੇ ਹਾਂ, ਬਾਕੀ ਜੇ ਭਾਈ ਨੂੰ ਚਾਹੀਦੇ ਹੋਣ ਉਹ ਭਾਈ ਰਾਬਤਾ ਕਰ ਸਕਦਾ, ਰਾਬਤਾ ਨੰਬਰ ਅੱਗੇ ਤੁਹਾਨੂੰ ਪਤਾ ਵੀਡੀਓ 'ਚ ਮੌਜੂਦ ਹੁੰਦਾ। ਪੇਮੈਂਟ ਸਾਡੀ ਪਹਿਲੇ ਹੁੰਦੀ ਹੈ, ਕੁਝ ਭਾਈ ਆ ਛੱਡਦੇ ਨੇ ਹੋਮ ਡਿਲੀਵਰੀ, ਮੇਰੇ ਭਾਈ ਇਹਦੀ ਪਾਰਸਲ ਚੁੱਕ ਕੇ ਲੈ ਕੇ ਜਾਣਾ ਹੁੰਦਾ, ਨਹੀਂ ਗੱਡੀਆਂ ਦੇ ਜ਼ਰੀਏ ਟਰੈਵਲਿੰਗ ਕਰਾਉਣੀ ਹੁੰਦੀ, ਕਾਰਗੋ ਚਾਰਜਿਸ ਉਹ ਅਗਲੇ ਬੰਦੇ ਨੇ ਖੁਦ ਪੇ ਕਰਨੇ ਨੇ, ਸਾਡੀ ਬਰਡ ਦੀ ਪੇਮੈਂਟ ਹੁੰਦੀ ਹੈ, ਠੀਕ ਹੋ ਗਿਆ। ਬਾਕੀ ਪੈਕਿੰਗ ਕਰਨ ਲੱਗੇ ਆ, ਪੈਕਿੰਗ ਦੀ ਵੀਡੀਓ ਭਾਈਆਂ ਨੂੰ ਸ਼ੇਅਰ ਕਰਦੇ ਹਾਂ, ਸਾਰੇ ਸਾਫ਼ ਸੁਥਰੇ ਪੀਸ ਨੇ। ਇਹ ਵਾਈਟ ਦਾ ਜੋੜਾ ਪੈਕ ਹੋ ਗਿਆ, ਇਹ ਮਾਦੀ ਇਡਲੀ ਸਾਈਡ 'ਤੇ ਨਾਰੇ, ਔਰ ਇਹ ਬਿੱਲੂ ਦੀ ਮਾਦੀ, ਇਹ ਵਾਲੀ ਇਹ ਬਲੈਕ ਦੀ ਮਾਦੀ, ਬਰੀਡਰ ਮਾਦੀ ਹੈ, ਮਾਸ਼ਾਅੱਲਾ ਪੈਕ ਕਰ ਦਿੱਤੇ ਨੇ। ਜੀ ਮੇਰੇ ਭਾਈ ਇੱਕ ਹੈ ਜੀ, ਚੈੱਕ ਕਰ ਲਓ ਜੀ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਉਮੀਦ ਕਰਦਾਂਗੇ ਸਾਰੇ ਦੋਸਤ ਭਰਾ ਵਧੀਆ ਹੋਣਗੇ ਜੀ। ਮਾਸ਼ਾਅੱਲਾ ਵੀਰੋ ਪੀਕੋਕ ਫਾਰਮ ਤੋਂ ਚੈੱਕ ਕਰੋ, ਦੂਸਰਾ ਕਲੱਚ, ਬਲਕਿ ਚੌਥਾ, ਸੋਰੀ ਦੂਸਰਾ ਨਹੀਂ ਤੀਸਰਾ ਨਹੀਂ ਚੌਥਾ ਕਲੱਚ ਹੈ ਮਾਸ਼ਾਅੱਲਾ। ਉਹ ਵੀ ਵਿੱਚ ਵਿੱਚ ਕੁਝ ਬੱਚੇ ਜਿਹੜੇ ਨਾ ਬੋਧੀਆਂ ਕੱਢਣ ਲੱਗ ਪਏ ਨੇ, ਵਾਈਟ ਦੇ ਔਰ ਜਿਹੜੇ ਬਿੱਲੂ ਬਲੈਕ ਦੇ ਸਨ ਨਾ, ਉਹ ਕੁਝ ਮਾਸ਼ਾਅੱਲਾ ਅਜੇ ਛੋਟੇ ਨੇ, ਇਸ ਤਰ੍ਹਾਂ ਜਿਸ ਤਰ੍ਹਾਂ ਨਿਕਲਦੇ ਨੇ ਨਾ ਰੂਟੀਨ ਵਗੈਰਾ ਉਸੇ ਤਰ੍ਹਾਂ ਹੀ ਰੱਖ ਲਈਦੇ ਨੇ। ਅਗਰ ਵਿੱਚ ਬੱਚਾ ਜਿਹੜਾ ਨਾ ਬੋਧੀਆਂ ਕੱਢਣ ਲੱਗ ਪਏ ਨੇ, ਪਰ ਮਾਸ਼ਾਅੱਲਾ ਇਹ 10-12 ਦਿਨ ਦੇ ਹੀ ਨੇ, ਅਤੇ ਦੇਖੋ ਬੋਧੀਆਂ ਤਾਂ ਆ ਗਏ ਨੇ ਵਿੱਚ, ਛੋਟੇ ਵੱਡੇ ਸਾਰੇ ਮਿਕਸ ਜਿਹੀ ਨੇ, ਕਿਉਂਕਿ ਜਿਹੜੀ ਰੂਟੀਨ ਦੇ ਨਾਲ ਬੱਚਾ ਨਿਕਲਦਾ ਪਿਆ ਸੀ ਮੈਂ ਉਸੇ ਰੂਟੀਨ ਦੇ ਨਾਲ ਹੀ ਹੋਣ ਰੱਖੀ ਜਾਈਦੀ ਨੇ, ਕਿਉਂਕਿ ਹੁਣ ਤੁਹਾਨੂੰ ਪਤਾ ਸਾਵਣ ਤਕਰੀਬਨ ਐਂਡ 'ਤੇ ਆ ਗਿਆ ਹੈ, ਇਹਦੀ ਵਜ੍ਹਾ ਤੋਂ ਬੱਚੇ ਘੱਟ ਨਿਕਲਦੇ ਨੇ, ਜ਼ਿਆਦਾ ਨਹੀਂ ਨਿਕਲਦੇ ਹਨ, ਆਂਡਿਆਂ ਦੀ ਐਵਰੇਜ ਵੀ ਡਾਊਨ ਹੋ ਜਾਂਦੀ ਹੈ। ਔਰ ਅੱਲਾਹ ਦਾ ਸ਼ੁਕਰ ਹੈ ਫਿਰ ਵੀ ਆਂਡਿਆਂ ਦੀ ਐਵਰੇਜ ਮਾਸ਼ਾਅੱਲਾ ਠੀਕ ਹੈ, ਸਾਡੇ ਕੁਝ ਨਰਾਂ ਨੇ ਅਜੇ ਪੈਲ ਰੱਖੀ ਹੈ, ਮਾਸ਼ਾਅੱਲਾ ਚੈੱਕ ਕਰ ਲਓ ਅੱਛੀ ਗਰੋਥ ਹੋ ਰਹੀ ਹੈ। ਬਲੂ ਸ਼ੋਲਡਰ, ਬਲੈਕ ਸ਼ੋਲਡਰ, ਵਾਈਟ ਔਰ ਵਾਈਟ, ਇਨਸ਼ਾਅੱਲਾ ਜਿਵੇਂ ਇਹ 2-2 ਮਹੀਨੇ ਦੇ ਹੁੰਦੇ ਨੇ ਨਾ, ਤਾਂ ਫਿਰ ਬਾਈਆਂ ਨੂੰ ਜਿਹੜਾ ਨਾ ਸੇਲ ਲਾ ਕੇ ਸਾਰੇ ਇੱਕੋ ਹੀ ਸੇਲ ਕਰ ਦੇਣੇ ਨੇ, ਚੈੱਕ ਕਰ ਲਓ ਮਾਸ਼ਾਅੱਲਾ ਸਾਰੇ ਹੈਲਦੀ ਐਕਟਿਵ ਸਾਫ਼ ਸੁਥਰੇ ਪੀਸ ਨੇ। ਵੱਡੇ ਵੀ ਬਾਈਆਂ ਨੂੰ ਚੈੱਕ ਕਰਾ ਦੇਣੇ ਜਿਹੜੇ ਨੇ ਨਾ 2.5 ਮਹੀਨੇ ਵਾਲੇ, ਉਹ ਵੀ ਬਾਈਆਂ ਨੂੰ ਚੈੱਕ ਕਰਾ ਦੇਣੇ, ਕੁਝ ਪੀਸ ਅਵੇਲੇਬਲ ਨੇ, ਬਲੂ ਸ਼ੋਲਡਰ, ਬਲੈਕ ਸ਼ੋਲਡਰ, ਵਾਈਟ ਔਰ ਵਾਈਟ, ਜਿਹੜੇ ਬਾਈ ਨੂੰ ਚਾਹੀਦੇ ਹੋਏ ਉਹ ਰਾਬਤਾ ਕਰ ਲਿਆ ਜੇ, ਮੈਂ ਉਹ ਵੀ ਬਾਈਆਂ ਨੂੰ ਸ਼ੇਅਰ ਕਰ ਦਿੰਦਾ ਵਾਂ। ਇਹ ਉਹ ਬੱਚੇ ਨੇ ਮਾਸ਼ਾਅੱਲਾ ਜਿਹੜੇ 2.5 ਮਹੀਨੇ ਦੇ ਨੇ, ਚੈੱਕ ਕਰ ਲਓ, ਬਿਲੂ ਸ਼ੋਲਡਰ, ਬਲੈਕ ਸ਼ੋਲਡਰ,
ਵਾਈਟ ਔਰ ਪਾਈਡ ਚੈੱਕ ਕਰੋ ਮਾਸ਼ਾਅੱਲਾ। ਜਿਹੜੇ ਦੋਸਤ ਭਾਈ ਨੇ ਸ਼ੋਅ ਕਰਨਾ ਹੋਵੇ ਅਵੇਲੇਬਲ ਨੇ, ਮਿਲ ਜਾਂਦੇ। ਜ਼ਿਆਦਾ ਪੀਸ ਤਾਂ ਨਹੀਂ ਹੈ ਨਾ, ਜਿਹੜੇ ਭਾਈ ਨੂੰ 50-100 ਪੀਸ ਚਾਹੀਦੇ ਨੇ ਉਹ ਤਾਂ ਨਹੀਂ ਹਨ, ਤਾਂ ਲੇਕਿਨ ਇਹ ਕਿ 2-2, 4-4 ਪੀਸ ਵਾਲੇ ਜਿਹੜੇ ਨਾ ਉਹ ਮਿਲ ਜਾਣਗੇ। ਜ਼ਿਆਦਾ ਪੀਸ ਵੀ ਜਿਹੜੇ ਭਾਈਆਂ ਨੂੰ ਚਾਹੀਦੇ ਹੋਏ ਦੋਸਤਾਂ ਯਾਰਾਂ ਕੋਲ ਹੈ ਨਾ, ਹੋਲਸੇਲ ਰੇਟ 'ਤੇ ਮਿਲ ਜਾਂਦੇ। ਜਿਹੜੇ ਭਾਈ ਦੁਕਾਨਦਾਰੀ 'ਚ ਨੇ ਉਹ ਵੀ ਰਾਬਤਾ ਕਰ ਲਓ, ਔਰ ਜਿਹੜੇ ਭਾਈ ਡੀਲਰਸ਼ਿਪ ਦਾ ਕੰਮ ਕਰਦੇ ਨੇ ਸੇਲ ਪਰਚੇਜ਼ ਦਾ, ਉਹ ਵੀ ਰਾਬਤਾ ਕਰ ਲਿਆ ਜੀ। ਇਨਸ਼ਾਅੱਲਾ ਮਾਲ ਹੈ, ਜਿਹੜੇ 50-100 ਪੀਸ ਜਿਹੜੇ ਭਾਈਆਂ ਨੇ 0 ਸਾਇਜ਼ ਲੈ ਕੇ ਪਾਏ ਆ ਸੀ ਨਾ, ਉਹ ਭਾਈ ਹੁਣ ਸੇਲ ਆਊਟ ਕਰ ਰਹੇ ਨੇ, ਔਰ ਮੁਨਾਸਬ ਕੀਮਤ ਦੇ ਵਿੱਚ ਲੈ ਕੇ ਇਨਸ਼ਾਅੱਲਾ ਦੇ ਦਿਆਂਗੇ। ਜੋੜਾ ਜੋੜਾ ਦੋ ਦੋ ਜੋੜੇ ਥੋੜ੍ਹਾ ਜਿਹਾ ਫਿਰ ਪਰਚੂਨ ਰੇਟ 'ਚ ਆ ਜਾਂਦਾ, ਮਹਿੰਗੇ ਲੱਭਦੇ ਨੇ, ਔਰ ਜਿਹੜੇ ਜ਼ਿਆਦਾ ਪੀਸ ਲੈਣਗੇ ਉਹ ਇਨਸ਼ਾਅੱਲਾ ਉਹਨਾਂ ਨੂੰ ਹੋਲਸੇਲ ਰੇਟ 'ਤੇ ਦੇ ਦਿਆਂਗੇ, ਡਿਸਕਾਊਂਟ ਰੇਟ 'ਤੇ, ਜਿਸ ਤਰ੍ਹਾਂ ਮੈਂ ਖੁਦ ਡਿਸਕਾਊਂਟ ਰੇਟ 'ਤੇ ਸੇਲ ਕੀਤੇ ਨੇ। ਸਾਰੇ ਭਾਈਆਂ ਨੂੰ ਪਤਾ 14 ਅਗਸਤ ਦੀ ਆਫਰ ਦਿੱਤੀ ਸੀ, ਔਰ ਮਾਸ਼ਾਅੱਲਾ ਸਾਰਾ ਮਾਲ ਹੀ ਸੇਲ ਹੋ ਗਿਆ ਸੀ, ਕਿਉਂਕਿ 14 ਅਗਸਤ ਦੀ ਆਫਰ ਜਿਹੜੀ ਸੀ ਨਾ ਉਹ ਸਾਡੇ ਵਾਸਤੇ ਬੜੀ ਲੱਕੀ ਰਹੀ ਹੈ। ਔਰ ਉਹ ਯਕੀਨ ਕਰੋ ਕੋਈ 20 ਪੀਸ ਲੈ ਰਿਹਾ ਸੀ, ਕੋਈ 30, ਕੋਈ 40, ਕੋਈ 50 ਪੀਸ ਕਰਕੇ 129-30 ਪੀਸ ਅਨੁਸਾਰ ਹੀ ਸੇਲ ਹੋ ਗਿਆ ਸਾਨੂੰ। ਉਸ ਮਾਲਕ ਦਾ ਕਰਮ ਹੈ, ਭਾਈਆਂ ਦੀ ਦੁਆ ਹੈ, ਅੱਲਾਹ ਪਾਕ ਸਾਰਿਆਂ ਨੂੰ ਰੋਜ਼ੀ ਦੇ, ਔਰ ਮਾਸ਼ਾਅੱਲਾ ਸਾਨੂੰ ਵੀ ਸੋਹਣੀ ਲੱਭ ਰਹੀ ਹੈ ਔਰ ਵਿਹਲਿਆਂ ਲੱਭ ਰਹੀ ਹੈ, ਯਕੀਨ ਕਰੋ। ਬੜੀ ਅੱਛੀ ਇਹਨਾਂ ਵਿੱਚ ਪ੍ਰੋਫਿਟ, ਜਿਹੜੇ ਭਾਈ ਕਾਰੋਬਾਰ ਕਰਨਾ ਚਾਹੁੰਦੇ ਨੇ ਨਾ, ਯਕੀਨ ਕਰੋ ਕਿ ਉਹ ਭਾਈ ਰਾਬਤਾ ਕਰਿਆ ਜੀ, ਇਨਸ਼ਾਅੱਲਾ ਮਾਲੂਮਾਤ ਦੇ ਦਿਆਂਗੇ। ਬੜੀ ਸੋਹਣੀ ਮਤਲਬ ਕਿ ਰੋਜ਼ੀ ਲੱਭਦੀ ਜੀ ਮਾਸ਼ਾਅੱਲਾ। ਭਾਈਆਂ ਨੂੰ ਗ੍ਰੀਨ ਜਾਵਾ ਵੀ ਚੈੱਕ ਕਰਾ ਦਿੰਦੇ ਹਾਂ, ਉਹ ਵੀ ਸੁਬਾਹ ਇਨਸ਼ਾਅੱਲਾ ਸਰਗੋਧੇ ਦੀ ਕਾਰਗੋ ਲਵਾ ਦੇਣੀ ਹੈ, ਅੱਲਾ ਖੈਰ ਖੈਰਾਂ ਰੱਖੀ ਅਤੇ ਗ੍ਰੀਨ ਜਾਵਾ। ਔਰ ਵਾਈਟ ਦੇ ਜਿਹੜੇ 5-6 ਮਹੀਨੇ ਦੇ ਪੱਠੀਆਂ ਪੱਠੇ ਨੇ ਉਹ ਵੀ ਚੈੱਕ ਕਰਾਉਣਾ ਵਾ। ਇਹ ਸਾਡੇ ਕਮਾਲੀਆ ਬਰੀਡ ਦੇ ਪੱਠੇ ਨੇ, ਪੱਠੀਆਂ ਪੱਠੇ ਲੱਖੇ ਚੀਨੇ ਔਰ ਮੁਖਤਲਿਫ ਕਲਰ 'ਚ ਨੇ। ਜਿਸ ਭਾਈ ਸ਼ੋਅ ਕਰਨਾ ਹੋਵੇ ਇਹ ਵੀ ਮਿਲ ਜਾਣਗੇ। ਇਹਨੇ ਮਾਸ਼ਾਅੱਲਾ ਸਾਲ ਦੇ ਪੱਠੀਆਂ ਪੱਠੇ, ਬਲੂ ਸ਼ੋਲਡਰ, ਬਲੈਕ ਸ਼ੋਲਡਰ, ਵਾਈਟ ਔਰ ਪਾਇਡ। ਸਾਲ ਦੇ ਪੱਠੀਆਂ ਪੱਠੇ ਫਿਲਹਾਲ ਹੁਣ ਸੇਲ ਨਹੀਂ ਅਸੀਂ ਕਰ ਰਹੇ, 2 ਨਰ ਨੇ ਵਾਈਟ ਦੇ, ਅਗਰ ਕਿਸੇ ਭਾਈ ਨੂੰ ਚਾਹੀਦੇ ਹੋਣ ਤਾਂ ਉਹ ਰਾਬਤਾ ਕਰ ਸਕਦਾ, ਉਹ ਦੇ ਦਿਆਂਗੇ। ਦੋਨੋਂ ਨਰ ਨੇ ਮਾਸ਼ਾਅੱਲਾ, ਵਾਈਟ ਦੀ ਮਾਦਾ ਕੋਈ ਨਹੀਂ ਆਇਆ, ਵਾਈਟ ਦੀ ਮਾਦੀ ਸੇਲ ਕਰ ਦਿੱਤੀ ਸੀ, ਗੁਜਰਾਂ ਵਾਲੇ ਖਿਲਾ ਦਿੱਤੀ ਸੀ ਭਾਈ ਨੂੰ, ਚੈੱਕ ਕਰੋ ਮਾਸ਼ਾਅੱਲਾ। ਬਾਕੀ ਗ੍ਰੀਨ ਜਾਵਾ ਦਾ ਵੀ ਸ਼ੌਕ ਚੈੱਕ ਕਰਾ ਦਿੰਦੇ, ਔਰ ਬਰੀਡਰ ਆਪਣੇ ਜਿਹੜੇ ਨੇ ਨਾ ਟੇਲ ਟੂਲ ਵਹਾ ਦੇਣਾ ਇਹਨਾਂ ਦਿਨਾਂ ਦੇ ਵਿੱਚ ਵੀ, ਯਕੀਨ ਕਰੋ ਕਿ ਹਜੇ ਨਰਾਂ ਦੀ ਟੇਲ ਬਰਕਰਾਰ ਹੈ ਉਸੇ ਤਰ੍ਹਾਂ ਹੀ, ਉਹ ਵੀ ਭਾਈਆਂ ਨੂੰ ਵਹਾਨਾ ਵਾ। ਇਸ ਮੌਸਮ ਦੇ ਵਿੱਚ ਨਾ ਬਰਡ ਦੀ ਸਿਰਫ ਇੰਨੀ ਕੁ ਤਿਆਦ ਕਰਿਆ ਕਰੋ ਕਿ ਇੱਕ ਤਾਂ ਬਰਡ ਭਿੱਜੇ ਨਾ, ਸੇਲ ਵਗੈਰਾ ਨਾ ਹੋਵੇ, ਔਰ ਗੰਦਗੀ ਸ਼ੰਦਗੀ ਜਿਹੜੀ ਹੈ ਨਾ ਮਤਲਬ ਕਿ ਬਰਡ ਦੀ ਉਹ ਨਾ ਹੋਵੇ। ਅਗਰ ਭਿੱਜ ਜਾਂਦਾ ਬਾਈ ਚਾਂਸ ਤੁਹਾਡਾ ਕੇਜ, ਉਹਨੂੰ ਜਲਦ ਤੋਂ ਜਲਦ ਸਾਫ਼ ਕਰਕੇ ਉਹਦੇ ਵਿੱਚ ਚੂਨਾ ਮਾਰੋ, ਤਾਂ ਕਿ ਉਹ ਚੂਨਾ ਜਿਹੜਾ ਨਾ ਫਿਕਸ ਕਰ ਦੇਗਾ ਤੁਹਾਡੇ ਕੇਜ ਦੇ ਵਿੱਚ ਜਿੰਨੀ ਵੀ ਸੇਲ ਚੜੀ ਹੋਏਗੀ। ਐ ਨੇ ਮਾਸ਼ਾਅੱਲਾ ਪੱਠੀਆਂ ਪੱਠੇ ਚੈੱਕ ਕਰੋ, ਉਹ ਸੋਰੀ ਪੱਠੀਆਂ ਪੱਠੇ ਕਹਿ ਰਿਹਾ, 3 ਸਾਲ ਆ ਬਰੀਡਰ, ਔਰ ਆ ਨਰ ਵੇਖੋ ਅਜੇ ਮਾਸ਼ਾਅੱਲਾ ਟੇਲ ਕਾਇਮ ਹੈ, ਖੂਬਸੂਰਤੀ ਸਾਰੀ ਤੁਹਾਡੇ ਸਾਹਮਣੇ, ਔਰ ਵੇਖੋ ਕਿੰਨੀ ਲੌਂਗ ਟੇਲ ਹੈ। ਵਿਰਕ ਪੀਕੋ ਫਾਰਮ ਤੋਂ ਤੁਹਾਨੂੰ ਇਨਸ਼ਾਅੱਲਾ ਹਰ ਚੀਜ਼ ਕੁਆਲਿਟੀ 'ਚ ਲੱਭੇਗੀ, ਔਰ VIP ਲੱਭੇਗੀ ਇਨਸ਼ਾਅੱਲਾ। ਮੇਰੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਕਿ ਭਾਈਆਂ ਦੀ ਕਿਹਨੂੰ ਸ਼ੌਕ VIP ਜਾਏ, ਔਰ VIP ਹੀ ਭਜਵਾਈਦਾ, ਜਿਹੜੀ ਡੀਲ ਕੀਤੀ ਹੋਵੇ ਇਨਸ਼ਾਅੱਲਾ ਉਸ ਡੀਲ 'ਤੇ ਪੂਰੇ ਕਾਇਮ ਰਹੀਦਾ। ਔਰ ਉਸ ਤੋਂ ਬਾਅਦ ਜਿਹੜਾ ਨਾ ਮੇਰੀ ਆਪਣੀ ਵੀ ਕੋਸ਼ਿਸ਼ ਇਹੀ ਹੁੰਦੀ ਕਿ ਚੰਗੀ ਤੋਂ ਚੰਗੀ ਚੀਜ਼ ਲੱਭ ਕੇ ਲੈ ਕੇ ਆਵਾਂ, ਬੇਸ਼ੱਕ ਮੈਨੂੰ ਉਧਾਰ ਦਿਓ ਮਹਿੰਗੀ ਲੱਭੇ, ਲੇਕਿਨ ਮੇਰੀ ਕੋਸ਼ਿਸ਼ ਇਹੀ ਹੁੰਦੀ ਕਿ ਮੈਂ ਲੈ ਕੇ ਚੰਗੀ ਆਵਾਂ, ਔਰ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਹੈ ਲੱਭ ਵੀ ਚੰਗੀ ਜਾਂਦੀ ਹੈ। ਹੁਣ ਭਾਈਆਂ ਨੂੰ ਚੈੱਕ ਕਰਾ ਦਿੰਦੇ ਹਾਂ ਆਪਣਾ ਗ੍ਰੀਨ ਜਾਵਾ ਜੋੜਾ, ਯਕੀਨ ਕਰੋ ਕਿ ਇੰਨੀ ਹਾਈਟ ਹੋਈ ਹੈ, ਇੰਨਾ ਖੂਬਸੂਰਤ ਨਿਕਲਿਆ ਹੈ ਕਿ ਤੁਹਾਡੀ ਸੋਚ ਤੋਂ ਵੱਧ।
ਤਿੰਨ 3.5 ਮਹੀਨੇ ਏਜ ਦਾ ਮੈਂ ਅੱਜ ਤੱਕ ਇੰਨੀ ਹਾਈਟ ਨਹੀਂ ਵੇਖੀ ਜਿੰਨੀ ਹਾਈਟ ਮਾਨਾ ਗ੍ਰੀਨ ਜਾਵੇ ਨੇ ਹੁਣ ਕਰ ਦਿੱਤੀ ਇਹਨਾਂ ਦਿਨਾਂ ਵਿੱਚ। ਔਰ ਮਾਸ਼ਾਅੱਲਾ ਇਹ ਸਰਗੋਧੇ ਚਲੇ ਜਾਣਾ ਸੁਬਹ, ਅੱਲਾ ਬਾਈ ਦੇ ਨਸੀਬ ਕਰੇ, ਅੱਲਾ ਬਾਈ ਨੂੰ ਇਹ ਸ਼ੌਕ ਤੋਂ ਡਬਲ ਟ੍ਰਿਪਲ ਮਤਲਬ ਕਿ ਸ਼ੌਕ ਨੂੰ ਸਲਾਮਤ ਰੱਖੇ ਬਾਈ ਦਾ। ਔਰ ਮਾਸ਼ਾਅੱਲਾ ਚੈੱਕ ਕਰੋ, ਤਾਜ ਚੈੱਕ ਕਰੋ, ਬਾਕੀ ਛੋੜੋ ਤੁਸੀਂ ਤਾਜ ਦੀ ਕੁਆਲਿਟੀ ਚੈੱਕ ਕਰੋ। ਮਾਸ਼ਾਅੱਲਾ ਕਿੰਨੀ ਲੌਂਗ ਜਿਹੜਾ ਨਾ ਤਾਲ ਤਾਜ ਇਹਦਾ, ਮਾਸ਼ਾਅੱਲਾ ਚੈੱਕ ਕਰੋ। ਹਾਈਟ ਦੇਖ ਲਓ ਤੁਹਾਡੇ ਸਾਹਮਣੇ, ਕਲਰ ਵੇਖ ਲਓ, ਫੇਸ ਚੈੱਕ ਕਰ ਲਓ, ਮਾਸ਼ਾਅੱਲਾ ਕਿੰਨਾ ਖੂਬਸੂਰਤ ਹੈ। ਔਰ ਬਾਕੀ ਵੇਖ ਲਓ ਇੰਝ ਖਿਲਰੇ ਫਿਲਰੇ ਤਾਜ ਨੇ ਇਹਨਾਂ ਦੇ, ਵੇਖੋ ਬੰਦ ਤਾਜ। ਸਭ ਤੋਂ ਇਹ ਕੁਆਲਿਟੀ ਦਾ ਬਰਡ ਉਹ ਹੀ ਹੁੰਦਾ ਜਿਹਦੀ ਤਾਜ ਲੰਬਾ ਹੋਵੇ ਔਰ ਬੰਦ ਹੋਵੇ। ਕੁਆਲਿਟੀ ਮਾਸ਼ਾਅੱਲਾ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ, ਫਿਰਦੇ ਟੁਰਦਿਆਂ ਚੈੱਕ ਕਰਾ ਦੇਣਾ। ਹਾਏ ਹਾਏ ਕਿਆ ਬਾਤ ਹੈ, ਮਾਸ਼ਾਅੱਲਾ ਚਲੋ ਵੀ ਚਲੋ 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 ਕਰਮਾ ਲਿਓ, ਸੁਬਹਾ ਤੋਂ ਟੁੱਟ ਜਾਣਾ ਸਰਗੋਦੇ ਹੈ, ਸੁਬਹਾ ਦੀ ਤੁਹਾਡੀ ਫਲਾਈਟ ਉੱਡ ਜਾਣੀ ਮੇਰੇ ਇੱਥੇ, ਜਿਹੜਾ ਤੁਹਾਡੇ ਮੁਕਦਰਾਂ ਦਾਣਾ ਪਾਣੀ ਹੀ ਸੀ ਨਾ ਤੁਸੀਂ ਖਾ ਚੁੱਕੇ ਹੋ। ਬਾਈ ਨੇ ਪੂਰਾ 50,000 ਰੁਪਈਆ ਜਿਹੜਾ ਨਾ ਅਕਾਊਂਟ ਦੇ ਵਿੱਚ ਅੱਜ ਸੈਂਡ ਕਰ ਦਿੱਤਾ। ਔਰ ਸੁਬਹਾ ਇਨਸ਼ਾਅੱਲਾ ਕਾਰਗੋ ਲਵਾਉਣੀ, 55,000 ਰੁਪਏ ਦੀ ਸਾਡੀ ਡਿਮਾਂਡ ਸੀ ਔਰ ਬਾਈ ਦੇ ਨਾਲ 50,000 ਰੁਪਏ 'ਚ ਡੀਲ ਹੋ ਗਈ ਹੈ। ਬਾਕੀ ਕਿਸੇ ਦੋਸਤ ਬਾਈ ਨੂੰ ਵੀ ਚਾਹੀਦੇ ਹੋਣ, ਇਨਸ਼ਾਅੱਲਾ 50 ਤੋਂ 55 ਦੀ ਰੇਂਜ ਦੇ ਵਿੱਚ ਹੀ ਅੱਛੀ ਤੋਂ ਅੱਛੀ ਕੁਆਲਿਟੀ ਦੇ ਬਾਈ ਨੂੰ ਲੈ ਕੇ ਇਨਸ਼ਾਅੱਲਾ ਜਾਣਗੇ। ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਹੀ ਮਾਸ਼ਾਅੱਲਾ। ਔਰ ਇਸੇ ਤਰ੍ਹਾਂ ਹੀ ਕੁਆਲਿਟੀ ਦੇ ਜਿਹੜੇ ਨਾ ਦੂਸਰੇ ਬਾਈ, ਜਿਹੜਾ ਬਾਈ ਕੋਲ ਰਾਬਤਾ ਕਰੇਗਾ ਇਨਸ਼ਾਅੱਲਾ, ਉਸ ਬਾਈ ਨੂੰ ਵੀ ਇਸੇ ਤਰ੍ਹਾਂ ਹੀ ਲੈ ਕੇ ਦਿਆਂਗੇ ਇਨਸ਼ਾਅੱਲਾ। ਬਾਕੀ ਰਾਬਤਾ ਨੰਬਰ ਨੋਟ ਕਰ ਲਓ, 0304-62-0-88-90, 0343-34-28-173। ਲਾਈਵ ਲੋਕੇਸ਼ਨ ਹਾਫਸਾਬਾਦ, ਫਾਰਮ ਦਾ ਨਾਮ ਵੀਰਕ ਪੀਕੋ ਫਾਰਮ, ਮੇਰਾ ਨਾਮ ਔਰੰਗਜ਼ੇਬ, ਰੋਡ ਖਾਨਗਾ ਡੋਗਰਾ, ਡੇਰਾ ਰਸੂਲਪੁਰ ਹੰਜਰਾਵਾਂ। ਅਤੇ ਆਪਣੇ ਭਾਈ ਨੂੰ ਦਿਓ ਇਜਾਜ਼ਤ, ਮਿਲਦੇ ਹਾਂ ਨਈ ਵੀਡੀਓ 'ਚ। ਅੱਲਾ ਹਾਫਿਜ਼।